ਤੋਂ ਜੈ ਮਾਤਾ ਦੀ। ਤੁਸੀਂ ਦੇਖ ਰਹੇ ਹੋ ਵੀਰ ਹਨੂੰਮਾਨ ਜੀ ਮੰਦਿਰ ਗਗਰੇਟ ਹਿਮਾਚਲ ਪ੍ਰਦੇਸ਼ ਤੋਂ। ਅੱਜ ਸਾਡੀ ਟੀਮ ਇੱਥੇ ਕਵਰਿੰਗ ਕਰਨ ਪਹੁੰਚੀ ਹੈ ਅਤੇ ਭਗਤੋ ਨਵਰਾਤਰਿਆਂ ਦੇ ਦਿਨ ਇਸ ਮੰਦਿਰ ਦੇ ਵਿੱਚ ਲਗਾਤਾਰ 24 ਘੰਟੇ ਲੰਗਰ ਚੱਲਦਾ ਅਤੇ ਪ੍ਰਤੀ ਦਿਨ 365 ਦਿਨ ਇਸ ਜਗ੍ਹਾ 'ਤੇ ਲੰਗਰ ਭਗਤਾਂ ਦੇ ਲਈ ਲਗਾਇਆ ਜਾਂਦਾ। ਅੱਜ ਅਸੀਂ ਮਾਤਾ ਦਾ ਪੰਜਵਾਂ ਨਰਾਤਾ ਪੰਚਮੀ ਦਾ ਅਤੇ ਪੰਡਿਤ ਜੀ ਸਾਡੇ ਨਾਲ ਬੈਠੇ ਆ, ਆਓ ਜੀ ਕਰਦੇ ਹਾਂ ਪੰਡਿਤ ਜੀ ਨਾਲ ਮੁਲਾਕਾਤ। ਪੰਡਿਤ ਜੀ ਜੈ ਮਾਤਾ ਦੀ। ਜੈ ਮਾਤਾ ਦੀ ਜੀ। ਅਤੇ ਅੱਜ ਕਾਫੀ ਜੋ ਭਗਤ ਜਨ ਸਾਡੀ ਸੰਗਤ ਆ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਪਹਿਲਾਂ ਤਾਂ ਮਾਤਾ ਰਾਣੀ ਦੇ ਭਗਤਾਂ ਨੂੰ ਸਾਰਿਆਂ ਨੂੰ ਜੈ ਮਾਤਾ ਦੀ। ਅਤੇ ਮਾਤਾ ਚਿੰਤਪੁਰਨੀ ਦਾ ਚੱਲ ਆ ਇਹ, ਅਤੇ ਇੱਥੇ ਲੋਕ ਬੜੇ ਹੀ ਇੱਛਾ ਪੂਰਨ ਕਰਨ ਵਾਸਤੇ ਚੱਲਦੇ ਨੇ। ਅਤੇ ਰਸਤੇ 'ਚ ਇਹ ਆਪਣਾ ਗੰਗਰੇਟ ਪੈਂਦਾ ਗਾ ਇੱਛਾ ਪੂਰਨ ਵੀਰ ਹਨੂੰਮਾਨ ਮੰਦਿਰ। ਇਹ ਜਗਤ ਗੁਰੂ ਸ਼੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਜੋ ਕਿ ਬ੍ਰਹਮਲੀਨ ਹੋ ਗਏ ਨੇ, ਉਹਨਾਂ ਨੂੰ 2014 ਤੋਂ ਇੱਥੇ ਲੰਗਰ ਸ਼ੁਰੂ ਕਰਵਾਇਆ ਸੀ ਅਤੇ ਪ੍ਰਤੀ ਦਿਨ ਉਰੇ 365 ਦਿਨ ਸਾਲ ਦੇ ਪੂਰਾ ਸਾਲ ਲੰਗਰ ਚਲਾਇਆ ਜਾਂਦਾ ਅਤੇ ਨਵਰਾਤਰਿਆਂ 'ਚ 24 ਘੰਟੇ ਲੰਗਰ ਚੱਲਦਾ। ਅਤੇ ਹੁਣ ਉਸ ਤੋਂ ਬਾਅਦ ਉਹਨਾਂ ਦੇ ਜੋ ਗੱਦੀ ਨਿਸ਼ਚਿਤ ਹਨ ਜਗਤ ਗੁਰੂ ਭੁਵਨੇਸ਼ਵਰੀ ਗਿਰੀ ਜੀ ਜੋ ਕਿ ਹੁਣ ਮੌਜੂਦਾ ਉਰੇ ਦੇ ਸੰਰਕਸ਼ਕ ਹਨ ਉਹ ਚਲਾ ਰਹੇ ਹਨ। ਅਤੇ ਬਾਕੀ ਮੰਦਿਰ ਦੀ ਕਮੇਟੀ ਸਾਡੇ ਕੈਸ਼ੀਅਰ ਸਾਹਿਬ ਸੁਰਿੰਦਰ ਗੋਇਲ ਜੀ ਅਤੇ ਮੈਨੇਜਰ ਸਾਹਿਬ ਪ੍ਰਿਤਪਾਲ ਜੀ ਵੱਲੋਂ ਇਹ ਬੜੀ ਸ਼ਰਧਾ ਨਾਲ ਚਲਾਇਆ ਜਾ ਰਿਹਾ ਲੰਗਰ। ਅਤੇ ਪੰਡਿਤ ਜੀ ਇਹਦੇ ਨਾਲ ਨਾਲ ਹੋਰ ਇੱਥੇ ਕਿਹੜੀ ਸੁਵਿਧਾ ਸਾਡੇ ਭਗਤਾਂ ਵਾਸਤੇ ਯਾਤਰੀਆਂ ਦੇ ਲਈ ਕਿਹੜੀ ਸੁਵਿਧਾ ਇੱਥੇ ਉਪਲਬਧ ਕਰੀ ਜਾ ਰਹੀ ਹੈ? ਉਰੇ ਆਪਣੇ ਰਹਿਣ ਵਾਸਤੇ ਯਾਤਰੀਆਂ ਦੇ ਰਹਿਣ ਵਾਸਤੇ ਵਿਵਸਥਾ ਕੀਤੀ ਗਈ ਆ ਅਤੇ ਬਾਥਰੂਮ ਵਗੈਰਾ ਦੀ ਸਭ ਸਾਰੀਆਂ ਚੀਜ਼ਾਂ ਦੀਆਂ ਸੁਵਿਧਾਵਾਂ ਉਰੇ ਮਿਲ ਜਾਂਦੀਆਂ ਨੇਗੀਆਂ। ਬਾਥਰੂਮ ਵਗੈਰਾ ਬਣਾਏ ਗਏ ਨੇ ਨਹਾਉਣ ਧੋਣ ਵਾਸਤੇ ਅਤੇ ਰਹਿਣ ਵਾਸਤੇ ਵੀ ਇਹਨਾਂ ਨੇ ਹੋਲ ਵੀ ਬਣਾਏ ਹੋਏ ਨੇ, ਕਮਰੇ ਵੀ ਬਣਾਏ ਹੋਏ ਨੇ, ਉੱਥੇ ਯਾਤਰੀ ਵਗੈਰਾ ਆ ਕੇ ਆਪਣਾ ਆਰਾਮ ਕਰ ਸਕਦੇ ਨੇ। ਜੇ ਕਿਸੇ ਆਪਣਾ ਯਾਤਰੀ ਨੂੰ ਕੋਈ ਮੈਡੀਕਲ ਸਹਾਇਤਾ ਦੀ ਲੋੜ ਪੈਂਦੀ ਹੈ ਉਹਦੇ ਵਾਸਤੇ? ਹਾਂਜੀ, ਉਹਨਾਂ ਵਾਸਤੇ ਵੀ ਇਹਨਾਂ ਨੇ ਦਵਾਈਆਂ ਵਗੈਰਾ ਰੱਖੀਆਂ ਹੋਈਆਂ ਨੇ, ਡਾਕਟਰ ਵਗੈਰਾ ਕੈਂਪ ਲੱਗਿਆ ਹੋਇਆ ਉਰੇ। ਪਹਿਲੇ ਨਵਰਾਤਰੇ ਤੋਂ ਹੀ ਕੈਂਪ ਸ਼ੁਰੂ ਕਰ ਦਿੱਤਾ ਸੀਗਾ ਅਤੇ ਹੁਣ ਲਗਾਤਾਰ ਹੀ ਕੈਂਪ ਚੱਲ ਰਿਹਾ ਹੈਗਾ। ਡਾਕਟਰ ਨੇ ਉਰੇ ਮੌਜੂਦ ਹੁੰਦੇ ਹਨ ਹਰ ਟਾਈਮ, 24 ਘੰਟੇ ਉਰੇ ਮੌਜੂਦ ਹੁੰਦੇ ਹਨ। ਦਵਾਈ ਵਗੈਰਾ ਜੋ ਵੀ ਜਿਸ ਚੀਜ਼ ਦੀ ਵੀ ਕਿਸੇ ਯਾਤਰੀ ਨੂੰ ਜਾਂ ਕਿਸੇ ਔਰ ਨੂੰ ਵੀ ਜ਼ਰੂਰਤ ਪੈਂਦੀ ਹੈ ਤਾਂ ਉਰੇ ਉਹ ਪ੍ਰੋਵਾਈਡ ਕਰਵਾ ਦਿੰਦੇ ਨੇ। ਤੁਸੀਂ ਪੰਡਿਤ ਜੀ ਕਿਹੜੀ ਜਗ੍ਹਾ ਤੋਂ ਜੀ? ਮੈਂ ਪਟਿਆਲੇ ਤੋਂ ਜੀ। ਪਟਿਆਲੇ ਤੋਂ। ਹੁਣ ਮਾਤਾ ਦੇ ਨਵਰਾਤਰੇ ਚੱਲ ਰਹੇ ਨੇ ਇਸ ਟਾਈਮ, ਸਾਵਣ ਦੇ ਨਵਰਾਤਰੇ, ਅਤੇ ਤੁਸੀਂ ਇੱਥੇ ਲਗਾਤਾਰ ਰਹਿੰਦੇ ਹੋ, ਪ੍ਰਤੀ ਦਿਨ ਰਹਿੰਦੇ ਹੋ ਜਾਂ ਸਿਰਫ ਪੂਜਾ ਨਵਰਾਤਰਿਆਂ ਦੇ ਵਿੱਚ ਹੀ ਪਹੁੰਚੇ ਹੋ ਜੀ? ਨਹੀਂ, ਮੈਨੂੰ ਇੱਥੇ ਜਗਤ ਗੁਰੂ ਭੁਵਨੇਸ਼ਵਰੀ ਮਾਤਾ ਜੀ ਨੇ ਉਹਨਾਂ ਨੇ ਵੀ ਅਨੁਸ਼ਠਾਨ ਵਾਸਤੇ ਬੁਲਾਇਆ ਸੀ ਮਾਤਾ ਰਾਣੀ ਦਾ। ਇਹ ਨਵ ਦੁਰਗਾ ਦਾ ਸਪਤਸ਼ਤੀ ਦਾ ਪਾਠ ਚੱਲ ਰਿਹਾ ਹੈਗਾ ਉਰੇ ਅਤੇ ਅੱਜ ਪੰਜਵਾਂ ਦਿਨ ਆ ਮੈਨੂੰ ਉਰੇ ਰਹਿੰਦਿਆਂ ਨੂੰ ਅਤੇ ਬਹੁਤ ਵਧੀਆ ਲੱਗਿਆ ਵੀ ਮੈਨੂੰ ਰਹਿਣ ਵਾਸਤੇ ਵੀ ਸਹੀ ਹੈਗਾ ਉਰੇ। ਮੈਂ ਵੀ 5 ਦਿਨਾਂ ਤੋਂ ਰਹਿ ਰਿਹਾ ਹਾਂਗਾ, ਖਾਣਾ ਪੀਣਾ ਹਰੇਕ ਤਰ੍ਹਾਂ ਦੀ ਸੁਵਿਧਾ ਉਰੇ ਪ੍ਰੋਵਾਈਡ ਕੀਤੀ ਜਾ ਰਹੀ ਹੈ ਜੀ। ਭਗਤੋ ਦੇਖ ਰਹੇ ਹੋ ਤੁਸੀਂ ਮਾਤਾ ਦਾ ਅੱਜ ਪੰਜਵਾਂ ਨਵਰਾਤਰਾ ਹੋ ਗਿਆ। ਅੱਗੇ ਤੁਹਾਨੂੰ ਹੋਰ ਆਡੀਅੰਸ ਨਾਲ ਭਗਤਾਂ ਨਾਲ ਜਾਣ ਵਾਲਿਆਂ ਨਾਲ ਮੁਲਾਕਾਤ ਕਰਾਵਾਂਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਜੈ ਮਾਤਾ ਦੀ ਜੀ।